मंडल वालों अज 6 तरीक नूं पटियाला नूं खोलण दा ऐलान किया गया सी, जिस ते पटियाला व्यापार मंडल दे प्रधान दे दिशा निर्देशों अनुसार पटियाला दा अनारदाना चौंक खोल दिता गया सी। पटियाला दे व्यापार मंडल दे अहुदेदारां दा कहना है कि सारियां दुकानां ही जरूरी हन, कोई भी दुकान गैर जरूरी समान दी नहीं है। जदों इस बारे पुलिस नूं जानकारी प्राप्त हुई तां पुलिस ने अपनी सख्ती वधाउंदे होए सारियां ही दुकानां बंद करवा दित्तियां। उत्थे ही पंजाब पुलिस ने अनाउंसमेंट भी कर दित्ती कि जिहड़ा दुकानदार दुकान खोलेगा उस ते परचा दर्ज किया जाएगा। पटियाला ਸਾਡਾ ਅੱਜ ਜਿਹੜਾ ਕੰਮ ਹੈ ਵਪਾਰ ਮੰਡਲ ਦਾ ਜਾਂ ਵਪਾਰੀਆਂ ਦਾ ਵੀ ਅੱਜ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਵੀ ਜੋ ਐਡੀ ਵੱਡੀ ਬਿਮਾਰੀ ਪੂਰੇ ਦੇਸ਼ ਦੇ ਵਿੱਚ ਕੋਵਿਡ ਦੀ ਚੱਲ ਰਹੀ ਹੈ ਅਸੀਂ ਹਰ ਤਰੀਕੇ ਦੇ ਨਾਲ ਸਹਿਯੋਗ ਕਰਨ ਨੂੰ ਤਿਆਰ ਹਾਂ ਪਰ ਆਹ ਚੀਜ਼ ਸਾਡੇ ਤੋਂ ਬਰਦਾਸ਼ਤ ਨਹੀਂ ਹੋਏਗੀ ਵੀ ਦੁਕਾਨਾਂ ਬੰਦ ਕਰਕੇ ਤੁਸੀਂ ਘਰ ਬਹਿ ਜਾਓ ਅਤੇ ਸ਼ਹਿਰ ਦੇ ਵਿੱਚ ਤੁਸੀਂ ਦੇਖੋ ਹਰ ਪਾਸੇ ਭੀੜ ਹੀ ਭੀੜ ਹੈ ਅਤੇ ਜੇ ਅਸੀਂ ਗੱਲ ਕਰਦੇ ਹਾਂ ਠੇਕਿਆਂ ਦੀ ਠੇਕੇ ਵੀ ਖੁੱਲ੍ਹੇ ਆ ਸੁਵਿਧਾ ਸੈਂਟਰ ਵੀ ਖੁੱਲ੍ਹਾ ਹੈਗਾ ਹੋਰ ਵੀ ਸਰਕਾਰੀ ਦਫ਼ਤਰ ਖੁੱਲ੍ਹੇ ਨੇ ਵੀ ਅਸੀਂ ਇੱਕੋ ਹੀ ਗੱਲ ਸਮਝਦੇ ਹਾਂ ਔਰ ਇੱਕੋ ਹੀ ਗੱਲ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਪ੍ਰਸ਼ਾਸਨ ਨੂੰ ਕਹਿ ਰਹੇ ਹਾਂ ਵੀ ਜਾਂ ਤਾਂ ਟੋਟਲੀ ਪੂਰਨ ਤੌਰ 'ਤੇ ਤੁਸੀਂ ਲੋਕਡਾਊਨ ਕਰ ਦਿਓ ਸਾਨੂੰ ਮਨਜ਼ੂਰ ਹੈ ਅਤੇ ਜਿਹੜੀ ਕਾਣੀ ਵੰਡ ਤੁਹਾਡੀ ਜਾਂ ਗੈਰ ਜ਼ਰੂਰੀ ਸਮਾਨ ਕਿਸੇ ਨੂੰ ਕਹਿਣਾ ਇਹ ਗੱਲ ਸਾਨੂੰ ਮਨਜ਼ੂਰ ਨਹੀਂ ਹੈਗੀ ਇਹ ਗੱਲ ਸਾਡੇ ਬਰਦਾਸ਼ਤ ਨਹੀਂ ਆਉਂਦੀ ਹੈਗੀ ਵੀ ਜੇ ਕੁਝ ਦੁਕਾਨਾਂ ਖੁੱਲ੍ਹੀਆਂ ਕੁਝ ਬੰਦ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਉਹ ਵੀ ਸਾਡੇ ਭਾਈ ਨੇ ਜਿਹੜੀਆਂ ਦੁਕਾਨਾਂ ਬੰਦ ਨੇ ਉਹ ਵੀ ਸਾਡੇ ਭਾਈ ਨੇ ਠੇਕੇ ਵਾਲੇ ਵੀ ਸਾਡੇ ਭਾਈ ਨੇ ਵੀ ਜੇ ਖੁੱਲ੍ਹਣਗੀਆਂ ਤਾਂ ਸਾਰੀਆਂ ਖੁੱਲ੍ਹਣਗੀਆਂ ਨਹੀਂ ਕੋਈ ਨਹੀਂ ਖੁੱਲ੍ਹੇਗੀ ਔਰ ਸਰਕਾਰੀ ਦਫ਼ਤਰ ਨਾਲ ਬੰਦ ਹੋਣਗੇ ਤੁਹਾਡੇ ਕਿੰਨੇ ਬੰਦਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਇਹ ਸਾਨੂੰ ਹਾਲੇ ਕੁਝ ਨਹੀਂ ਪਤਾ ਜੋ ਕਰਨਾ ਸਰਕਾਰ ਦਾ ਕੰਮ ਹੈ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਹੈ ਜੋ ਮਰਜ਼ੀ ਕਰੋ ਅਸੀਂ ਮੈਦਾਨ ਦੇ ਵਿੱਚ ਆ ਗਏ ਅਸੀਂ ਭੁੱਖ ਨਾਲ ਨਹੀਂ ਮਰਨਾ ਹੈਗਾ ਅਸੀਂ ਜੇਲ੍ਹ 'ਚ ਜਾ ਕੇ ਮਰ ਜਾਵਾਂਗੇ ਅਸੀਂ ਸਾਰੀਆਂ ਦੁਕਾਨਾਂ ਖੋਲ੍ਹ ਰਹੀਆਂ ਨੇ ਹੁਣ ਉਰੇ ਖੜ੍ਹੇ ਹਾਂ ਦੁਕਾਨਾਂ ਖੁਲਵਾ ਰਹੇ ਹਾਂ ਧਰਮਪੁਰ